अस्सलाम वालेकुम गाइस, उसी आ गए एक बार फिर और नवा ब्लॉग। टुडे माय छुट्टी, आज साड़ी छुट्टी है ते आज असी फिर रहे हैं बाहर। हूँ 2 बजे ने दोपहर दे ते असी कम शम करके घर दे सारे हुण आए हैं बाहर। फिरदे टुरदे हैं, जट चलते हैं उस्ताद को अज वेले कि फिट के आईए नाले तुम कोई शहर विजिट करा के लिया। अच चेक करते हैं अज कि जाने फिर तुम दिखावे नाले शहर विजिट करावे। चेक करते हैं उस्ताद को जाने फिर पता लगता कि व्यू। ओहो इतों तुसी व्यू चेक करो, बस क्या सोना आ स्टेज लग रहा। तो इत्थे हुण वो लगना थोड़े दिन तक मैच होएगा एक लाइक कबड्डी, कबड्डी तो नहीं लेकिन लाइक कबड्डी होएगा। आ चेक करो सारा स्टेज। चलो फिर तुहानू मिलदे आ हुणे उस्ताद कोल, जाने सलाह बनाने कित्थे जाना की करना। उस्ताद जी असीं आ गए हां व्लॉग च। आ दा यार तू पैंच फेर लाई जांदा है ਮੇਨਾ ਬਣਾਇਆ ਕਰ ਯਾਰ। ਕਿਉਂ ਜੀ ਨਜ਼ਰਾਂ ਲੱਗੀ ਤੈਨੂੰ ਨਜ਼ਰ ਲੱਗ ਜਾਂਦੀ ਹੈ ਹੋਰ ਯਾਰ ਕਿਹਦੀ ਅੱਗੇ 4 ਕਿਲੋ ਵਜਨ ਘਟ ਗਿਆ ਮੇਰਾ ਭੈਣ ਜੀ ਟੈਨਸ਼ਨ ਨਾਲ। ਕਿਹੜੀ ਕਿਹਦੀ ਟੈਨਸ਼ਨ ਸੀ ਜਿਹੜੀ ਗੱਡੀ ਠੋਕੀ ਆ ਮੇਰੇ ਮਗਰ ਪਿਆ ਤੇ ਤੂੰ ਮਾਮਾ ਅੱਗੇ ਹੀ ਕਹਿੰਦਾ ਸੀ ਮੈਂ ਪਤਲਾ ਹੋਣਾ। ਪਤਲਾ ਹੋਣਾ ਇਦਾਂ ਥੋੜਾ ਹੋਣਾ, ਇਦਾਂ ਤਾਂ ਗਾਇਬ ਹੋ ਜਾਊਗਾ। 2-3 ਵਾਰੀ ਹੋਰ ਠੋਕਦੇ ਆ ਤੇ 4-4 ਲਾ ਤੂੰ ਕਿੰਨਾ ਘਟਾਣਾ 12 ਕਿਲੋ ਘਟ ਜਾਊਗਾ ਬਹੁਤ ਹੈ। 2-3 ਵਾਰੀ ਹੋਰ ਠੱਕਣੇ ਪੈਣੀ ਆ ਬਸ ਗੱਡੀ ਹੈ। ਕੀ ਕਹਿੰਦਾ ਫਿਰ ਮਾਲਕ? ਮਾਲਕ ਕੀ ਕਹਿਣਾ, ਕਲਪਿਆ ਪਿਆ ਸਾਲਾ ਕੀ ਕਹਿੰਦਾ। ਇੱਦਾਂ ਦੀ ਗੱਲ ਸੁਣਨਾ, ਮੈਨੂੰ ਇੱਕ ਗੱਲ ਯਾਦ ਆ ਗਈ। ਅੱਛਾ ਮੈਂ ਨਾ ਇੱਕ ਵਾਰੀ ਨਾ ਇੰਡੀਆ ਸੀਗਾ। ਹਾਂ ਤੇ ਨਾ ਅਸੀਂ ਨਾ ਸਵੇਰੇ ਸਵੇਰੇ ਨਾ ਕੁੜੀ ਸਾਡੇ ਨਾ ਜਾਣੀ ਸ਼ਹਿਰ ਛੋਟਾ ਤੇ ਉੱਥੋਂ ਨਾ ਜਾਣੀ ਸ਼ਹਿਰ ਦੀਆਂ ਕੁੜੀਆਂ ਨਾ ਵੱਡੇ ਸ਼ਹਿਰ 40 ਕਿਲੋਮੀਟਰ ਅੱਗੇ ਵੱਡਾ ਸ਼ਹਿਰ ਲੁਧਿਆਣਾ। ਅੱਛਾ ਉੱਥੇ ਪੜ੍ਹਨ ਜਾਂਦੀਆਂ ਨਾ। ਮੇਰੀ ਕੁੜੀ ਪਿੱਛੇ ਗੇੜੇ ਦਿੰਦਾ ਹੁੰਦਾ ਸੀ, ਮੇਰੇ ਕੋਲ ਮੋਟਰਸਾਈਕਲ ਸੀਗਾ ਪਲਸਰ, ਮੈਂ ਸਵੇਰੇ ਸਵੇਰੇ ਉਹਨੂੰ ਚੜ੍ਹਾਉਣ ਜਾਂਦਾ ਹੁੰਦਾ ਸੀਗਾ। ਸਵੇਰੇ ਸਵੇਰੇ ਪੁਲਿਸ ਦਾ ਨਾਕਾ ਲੱਗਿਆ ਹੋਇਆ, ਅੱਛਾ 8:30 ਵਜੇ ਤੇ ਨਾ ਕੋਈ ਹੈਲਮਟ ਨਾ ਲੈਣਾ ਨਾ ਦੇਣਾ। ਮੈਂ ਸਾਈਡ ਤੇ ਕਹਿੰਦਾ ਲਾ ਇਹਨੂੰ, ਕਹਿੰਦਾ ਸਾਈਡ ਤੇ ਲਾ। ਮੈਂ ਨਿਆਣਾ ਸੀਗਾ 20 ਸਾਲ ਦੀ ਮੇਰੀ ਉਮਰ ਸੀਗੀ, ਮੈਂ ਲਾ ਰਿਹਾ ਸਾਈਡ ਤੇ। ਮੈਨੂੰ ਕਹਿੰਦਾ ਕੱਢ ਦੇ ਡਾਕੂਮੈਂਟ, ਨਾ ਮੇਰਾ ਲਾਇਸੈਂਸ ਬਣਿਆ ਸੀ ਉਸ ਟਾਈਮ। ਅੱਛਾ ਤੇ ਮੈਨੂੰ ਕਹਿੰਦਾ ਕੱਢ ਦੇ ਡਾਕੂਮੈਂਟ। ਮੈਂ ਕਿਹਾ ਡਾਕੂਮੈਂਟ ਕੋਲ ਕੁਛ ਵੀ ਹੈ ਨਹੀਂ ਸੀ ਉਹਦਾ, ਅੱਛਾ ਮੋਟਰਸਾਈਕਲ ਦਾ। ਉਹ ਮੈਨੂੰ ਅੰਦਰ ਲੈ ਗਏ ਦਫ਼ਤਰ ਦੇ ਵਿੱਚ ਨਾ। ਹਾਂ ਉੱਥੇ ਬੜੇ ਅਫਸਰ ਬੈਠੇ, ਮੈਂ ਜੋ ਆ ਗਿਆ ਸੀਗਾ ਮੈਂ ਘਬਰਾ ਗਿਆ। ਤੇ ਉਹ ਕਹਿੰਦਾ ਸਪਾਟਾ, ਕਹਿੰਦਾ ਜਨਾਬ ਇਹਦੇ ਕੋਲ ਕੁਛ ਵੀ ਹੈ ਨਹੀਂ ਗਾ, ਕਹਿੰਦਾ ਨਾ ਇਹਦੇ ਕੋਲ ਲਾਇਸੈਂਸ ਆ, ਨਾ ਇਹਨੇ ਹੈਲਮਟ ਪਾਇਆ ਸੀ, ਨਾ ਹੀ ਇਹਦੇ ਕੋਲ ਮੋਟਰਸਾਈਕਲ ਦੇ ਹੈਗੇ ਆ, ਇਹ ਗੇੜੇ ਦੇਈ ਜਾਂਦਾ ਸੀ ਤੇ ਕੁੜੀਆਂ ਮਗਰ ਕਹਿੰਦਾ। ਅੱਛਾ ਤੇ ਕਹਿੰਦਾ ਮੈਂ ਕਿਹਾ ਨਹੀਂ ਜੀ ਕੁੜੀਆਂ ਮਗਰ ਨਹੀਂ, ਮੈਂ ਪੈਟਰੋਲ ਪਵਾਉਣ ਆਇਆ ਸੀ ਮੈਂ ਤਾਂ ਇਹਦੇ 'ਚ। ਅੱਛਾ ਮੈਨੂੰ ਕਹਿੰਦਾ ਗੱਲ ਸੁਣੋ ਇਹ, ਮੈਨੂੰ ਕਹਿੰਦਾ ਕਹਿੰਦਾ ਨਾ ਤੇਰੇ ਹੈਲਮਟ ਪਾਇਆ ਇੱਥੇ ਤੂੰ, ਕਹਿੰਦਾ ਜੀ ਟੀ ਰੋਡ 'ਤੇ ਗੱਡੀ ਚੜਾਈ ਹੋਈ ਆ, ਕਹਿੰਦਾ ਜੇ ਤੂੰ ਮਰ ਗਿਆ ਤਾਂ ਸਾਲਿਆ ਤੇਰੀ ਜੇ ਮੌਤ ਦਾ ਜ਼ਿੰਮੇਵਾਰ ਕੌਣ ਆ। ਸਾਲਾ ਮੈਨੂੰ ਤਾਂ ਹੁਣ ਸੋਚੇ ਨਾ ਕਿ ਕਹਿਣਾ ਕੀ ਜਵਾਬ ਸੀਗਾ ਮੈਂ। ਮੈਂ ਕਿਹਾ ਜੀ ਤੁਸੀਂ? ਕਹਿੰਦਾ ਹਾਂ ਅਸੀਂ। ਕਹਿੰਦਾ ਅਸੀਂ ਕਿਵੇਂ ਜ਼ਿੰਮੇਵਾਰ ਤੇਰੀ ਮੌਤ ਦੇ ਸਾਲਿਆ, ਜੇ ਤੂੰ ਮਰ ਗਿਆ ਤੇਰੀ ਮੌਤ ਦਾ ਜ਼ਿੰਮੇਵਾਰ ਤੂੰ ਆਪ ਹੈ, ਅਸੀਂ ਕਹਿੰਦਾ ਭੈਣ ਬੜੀ ਖੋਪੇ। ਮੈਂ ਕਹਿੰਦਾ ਭੱਜੋ ਇੱਥੋਂ, ਕਹਿੰਦਾ ਸਾਲਿਆ ਮੈਨੂੰ ਛੱਡਤਾ। ਹੁਣ ਗੱਲ ਯਾਦ ਆਈ ਬੈਠੀ ਬੈਠੀ। ਸਾਡੇ ਨਹੀਂ ਰੋਕਦੇ ਹੁੰਦੇ, ਸਾਡੇ ਰੋਕ ਲੈਂਦੇ, ਹੁਣ ਰੋਕ ਲੈਂਦੇ ਆ ਸਾਡੇ ਵੀ। ਮੈਂ ਤਾਂ ਬਥੇਰਾ ਭਜਾਇਆ ਸਾਨੂੰ, ਮੈਨੂੰ ਕਦੇ ਤੱਕ ਨਹੀਂ ਦੇਖਿਆ। ਸਾਡੇ ਬਹੁਤ ਭੈਣ ਦੇ ਪੈਸੇ ਖਾਣ ਦੇ ਮਾਰੇ ਨਾ, ਬਹੁਤ ਭੈਣ ਦੇ ਯਾਰ। ਇੰਡੀਆ ਬਸ ਕਾਨੂੰਨ ਬੂਸ ਚ ਪੈਸੇ ਨਾ ਕੱਟੇ ਫਿਰ ਮੇਰੀ ਆਈ ਟੈਨਸ਼ਨ ਹੈ। ਮਾਲਕ ਨਾ ਪੈਸੇ ਕੱਟੇ ਕਿੰਨੇ ਤੇਰੇ ਹਿਸਾਬ ਨਾਲ ਕਿੰਨੇ ਕੱਟੂਗਾ ਸਾਥ? ਮੈਂ ਤਾਂ ਲੱਤਾਂ ਫੜ ਲੈਣੀ ਉਹਦੀ, ਗੋਡੇ ਫੜ ਲੈਣੇ ਮੈਂ, ਫਿਰ ਦਸ ਦਸ ਕਰਕੇ ਕਰ ਲਾ ਚੜਾਈ ਜਿਹਦਾ ਤੁੱਕ ਨਿਕਲਦਾ ਹੋਵੇ, ਮਤਲਬ ਨਿਕਲਦਾ ਹੋਵੇ।
ਨਹੀਂ ਮਤਲਬ ਨਹੀਂ ਇਹ ਬਲੌਗ ਹੈ ਉੱਤੇ ਬਲੌਗ ਨਹੀਂ ਹੁੰਦਾ ਯੂਟਿਊਬ ਤੇ ਕੋਈ ਵਧੀਆ ਬਣਾਉਂਦੇ ਆ ਇਹ ਯੂਟਿਊਬ ਤੇ ਜਾਊਗਾ ਨਹੀਂ ਕੋਈ ਵਧੀਆ ਬਣਾਉਂਦੇ ਆ ਛੱਡ ਇਹਨੂੰ ਛੱਡ ਚੱਲ ਤੈਨੂੰ ਮੈਂ ਚੈਲੇਂਜ ਦਿੰਦਾ ਤੈਨੂੰ ਮੈਂ ਕਬਾਬ ਖਵਾਉਂਗਾ ਇੱਥੇ ਹੁਣ ਜਿਹੜੀ ਕੁੜੀ ਲੱਗੂਗੀ ਤੂੰ ਉਹਦੀ ਚੁੰਮੇ ਲੈਣੀ ਹੈ ਲਾ ਚੁੰਮਾ ਨਾ ਤੇਰੇ ਕਬਾਬ ਪਿੱਛੇ ਵਾਲਾ ਮੈਂ ਜਾ ਵਧੀਆ ਬਣਾਉਂਦੇ ਮੈਂ ਛੱਡ ਕੋਈ ਚੁਟਕਲਾ ਯਾਦ ਕਰਨ ਦੇ ਮੈਨੂੰ ਤੈਨੂੰ ਕਬਾਬ ਖਵਾਉਂਗਾ ਮੈਂ ਤੇਰੇ ਕਬਾਬ ਪਿੱਛੇ ਮਾਮਾ ਉਹਨੂੰ ਪੁੱਛ ਕੇ ਲੈ ਲਈ ਨਾ ਮੈਨੂੰ ਕਬਾਬ ਲੱਭ ਜਾਣਾ ਤੇਰਾ ਜਾਣਾ ਕੁਛ ਨੀ ਗੱਲ ਕਰਨੀ ਉਹਨਾਂ ਨੇ ਕਿਹੜਾ ਨਾ ਕਰਨੀ ਆ ਕੀ ਕਹਿੰਦਾ ਹਾਂ ਦੇ ਗੱਲ ਨੱਚਦੇ ਨੀ ਗੱਲ ਸੁਣਾਉਣੀ ਸੀਗੀ ਸੁਣਾ ਦੇ ਮੈਂ ਰਹਿਣ ਦੇ ਫਿਰ ਤਾਂ ਇਹ ਇਹਨੂੰ ਕਦੋਂ ਮੋਈ ਹੋਈ ਯਾਰ ਛੱਡ ਮੈਨੂੰ ਪਿਆਚੇ ਨਹੀਂ ਤੈਨੂੰ ਵਧੀਆ ਬਣਾ ਕੇ ਦਊਂਗਾ ਬਲੌਗ ਇੱਦਾਂ ਨਹੀਂ ਲੋਕ ਬਣਾਉਂਦੇ ਨਹੀਂ ਹੁਣ ਸਤਾਰ ਇੱਦਾਂ ਦਾ ਸਕੂਟਰ ਲੈ ਜੇ ਸਤਾਰ ਸੋਚ ਅਸੀਂ 70 ਦੀ ਸਪੀਡ 'ਤੇ ਹੁੰਦੇ ਸਪੀਡ ਨਹੀਂ ਸੀਗੀ ਆਪਣੀ ਜ਼ਿਆਦਾ ਇਹਦੀ ਸੋਚ ਹਾਲੇ 30-35 ਦੀ ਸਪੀਡ 'ਤੇ ਜੇ 70 ਦੀ ਸਪੀਡ 'ਤੇ ਹੁੰਦੇ ਕੀ ਬਣਨਾ ਸੀ ਉਹਨੇ ਉਹਨੇ ਕਿੱਥੇ ਜਾ ਕੇ ਡਿੱਗਣਾ ਸੀ ਅਗਲੀ ਗੱਡੀ 'ਤੇ ਦੀਵਾਰ ਟੁੱਟੀ ਹੋਈ ਹੈ ਕਿਸੇ ਨੇ ਫੇਰ ਉੱਥੇ ਐਕਸੀਡੈਂਟ ਕੀਤਾ ਉਹ ਨਾਲ ਵਾਲਾ ਘਰ ਨਹੀਂ ਉਹਦੀ ਦੀਵਾਰ ਅੱਗੋਂ ਸਾਰੀ ਟੁੱਟੀ ਪਈ ਹੈ ਕਿਸੇ ਨੇ ਇੱਦਾਂ ਹੀ ਮਾਰੀ ਹੈ ਸਿੱਧੀ ਵਿੱਚ ਰੱਖ ਕੇ ਗੱਡੀ ਪੂਰੀ ਦੀਵਾਰ ਡਿੱਗੀ ਪਈ ਹੈ ਉੱਥੇ ਉਹਨਾਂ ਨੇ ਉਹ ਲਾਇਆ ਹੈ ਅੱਗੇ ਉਹ ਕਹਿੰਦਾ ਨੀ ਬੁੱਢਾ ਅੱਗੇ ਵੀ ਹਮੇਸ਼ਾ ਕਹਿੰਦਾ ਹੁੰਦੇ ਰਹਿੰਦੇ ਐਕਸੀਡੈਂਟ ਉੱਥੇ ਹੁੰਦੇ ਰਹਿੰਦੇ ਆ ਚੱਲ ਕੋ ਨਹੀਂ ਸਾਡਾ ਵੀ ਹੋ ਗਿਆ ਕੀ ਨਾਲੇ ਛੱਡ ਤੈਨੂੰ ਮੈਂ ਵਧੀਆ ਬਣਾ ਕੇ ਦਿੰਦਾ ਬਲੌਗ ਮੈਂ ਸੋਚਾਂ ਦੇ ਗੱਲ ਸੋਚ ਲੈਂਦੇ ਚੱਲ ਸੁਣਾ ਹੁਣ ਸੁਣਾ ਤੈਨੂੂੰ ਗੱਲ ਸੁਣਾਉਂਦਾ ਉੱਚੀ ਬੋਲ ਲਾ ਅਸੀਂ ਜਦੋਂ ਨਵੇਂ ਨਵੇਂ ਜਵਾਨ ਹੋਏ ਅੱਛਾ ਨਵਾਂ ਨਵਾਂ ਹੁਣ ਤੂੰ ਬੁੱਢਾ ਜਵਾਨ ਹੋਏ 10ਵੀਂ 'ਚ ਪੜ੍ਹਦਾ ਸੀਗਾ ਅੱਛਾ ਤੇ ਨਾ ਉਦੋਂ ਅਸੀਂ ਸਕੂਲੋਂ ਨਾ ਬੰਕ ਮਾਰਦੇ ਹੁੰਦੇ ਸੀਗੇ ਨਾ ਬੰਕ ਮਤਲਬ ਬੰਕ ਮਤਲਬ ਵੀ ਸਕੂਲੋਂ ਜਾਣੀ ਘਰੋਂ ਚਲੇ ਜਾਣਾ ਵੀ ਅਸੀਂ ਸਕੂਲ ਚੱਲੇ ਆ ਅੱਛਾ ਤੇ ਉੱਥੇ ਜਾ ਕੇ ਯਾਨੀ ਕਿ ਫਿਲਮਾਂ ਫੁਲਮਾਂ ਦੇਖਣ ਚਲੇ ਜਾਣਾ ਜਾਣਾ ਨਹੀਂ ਹਾਂ ਸਕੂਲ ਜਾਣਾ ਨਹੀਂ ਘਰੋਂ ਕਹਿ ਕੇ ਚਲੇ ਜਾਣਾ ਵੀ ਸਕੂਲ ਚੱਲੇ ਜਾਣਾ ਅਤੇ ਨਾ ਉੱਥੇ ਨਾ ਥੀਏਟਰ ਦੇ ਵਿੱਚ ਨਾ ਸਾਡੇ ਸ਼ਹਿਰ ਦੇ ਵਿੱਚ ਨਾ ਦੂਜੀ ਫਿਲਮ ਲੱਗੀ ਹੋਈ ਅੱਛਾ ਪਤਾ ਨਹੀਂ ਉਹਦੀ ਕੀ ਨਾਮ ਸੀ ਸ਼ੀਲਾ ਕੀ ਤੜਪਤੀ ਜਵਾਨੀ ਪਤਾ ਨਹੀਂ ਹੈ ਮੈਂ ਕਿਹਾ ਲੈ ਵੀ ਇਹ ਫਿਲਮ ਦੇਖਣੀ ਹੈ ਅਸੀਂ ਨਾ ਸਕੂਲੋਂ ਬੰਕ ਮਾਰਿਆ ਘਰੇ ਕਹਿ ਕੇ ਚਲੇ ਗਏ ਸਕੂਲ ਅਤੇ ਅਸੀਂ ਨਾ ਵੜ ਗਏ ਥੀਏਟਰ ਦੇ ਵਿੱਚ ਨਾ ਜਦ ਥੀਏਟਰ ਦੇ ਵਿੱਚ ਵੜ ਗਏ ਅਤੇ ਕੀ ਕਹਿੰਦੇ ਆ ਸੰਨੀ ਚੱਲੀ ਗੱਲ ਦੇਖਣ ਵਾਲੀ ਗੱਲ ਉੱਥੇ ਮੈਂ ਕੀ ਦੇਖਦਾ ਮੇਰਾ ਇੱਕ ਬਹੁਤ ਵਧੀਆ ਦੋਸਤ ਹੈ ਅੱਛਾ ਉਹਦਾ ਡੈਡੀ ਤੁਰਿਆ ਫਿਰਦਾ ਉਹਦਾ ਆਪਾ ਉਹ ਹੀ ਫਿਲਮ ਦੇਖਣ ਆਇਆ ਉਹੀ ਫਿਲਮ ਉਹ ਵੀ ਦੇਖਣ ਆਇਆ ਚਲੋ ਜੀ ਮੈਂ ਉਹਨੂੰ ਉਹ ਤੋਂ ਬਚ ਬੁੱਝ ਕੇ ਮਰ ਗਿਆ ਅੱਛਾ ਚਲੋ ਜੀ ਇੰਟਰਵਲ ਹੋਇਆ ਨਾ ਉਹਦਾ ਜਦੋਂ ਅੱਧੀ ਸਟੋਰੀ ਉਹ ਕੀ ਹੋਇਆ ਇੰਟਰਵਲ ਦੇ ਵਿੱਚ ਖਾਣ ਪੀਣ ਦਾ ਹੁੰਦਾ ਨਾ ਉਹਨੇ ਵੀ ਮੈਨੂੰ ਦੇਖ ਲਿਆ ਤੇ ਮੈਂ ਵੀ ਉਹਨੂੰ ਦੇਖ ਲਿਆ ਉਹ ਮੇਰੇ ਤੋਂ ਲੁਕੀ ਜਾਵੇ ਮੈਂ ਉਹ ਤੋਂ ਲੁਕੀ ਜਾਵਾਂ ਹੁਣ ਇੱਕਦਮ ਮੇਰਾ ਅੱਖਾਂ ਮਿਲ ਗਈਆਂ ਅੱਛਾ ਅੱਖਾਂ ਮਿਲ ਗਈਆਂ ਤੇ ਮੈਂ ਸਿਰ ਹਲਾਤਾ ਇੱਦਾਂ ਕਰਕੇ ਸਤਿ ਸ਼੍ਰੀ ਅਕਾਲ ਜੀ ਮੈਨੂੰ ਕਹਿੰਦਾ ਕਹਿੰਦਾ ਸਤਿ ਸ਼੍ਰੀ ਅਕਾਲ ਉਹ ਨਾ ਮੇਰੀ ਇੰਨੇ ਨਾ ਇੰਨੀਆਂ ਉਸ ਬੰਦੇ ਨਾਲ ਨਾ ਹੋਏ ਆ ਉਹ ਨਾ ਬੜੇ ਕਾਂਡ ਹੋਏ ਜਿਹੜਾ ਉਹਦਾ ਦੋਸਤ ਡੈਡੀ ਹੈ ਨਾ ਅੱਛਾ ਉਹਦਾ ਇੱਕ ਵਾਰੀ ਨਾ ਮੈਂ ਉਹਦੇ ਘਰੇ ਗਿਆ ਮੈਂ ਉਹਦੇ ਘਰ ਦੇ ਬਾਹਰ ਜਾ ਕੇ ਨਾ ਬਾਜ ਮਾਰੀ ਉਹ ਨਹਾਉਂਦਾ ਪਿਆ ਸੀਗਾ ਉਹਦਾ ਡੈਡੀ ਬਾਹਰ ਆਇਆ ਕਹਿੰਦਾ ਰੋਲਾ ਕਾਹਤੋਂ ਪਾਈ ਜਾਂਦਾ ਕਹਿੰਦਾ ਨਹਾਉਂਦਾ ਪਿਆ ਉਹ ਕਹਿੰਦਾ ਐਤਵਾਰ ਦਾ ਦਿਨ ਸੀਗਾ ਕਹਿੰਦਾ ਮੇਰਾ ਇੱਕ ਕੰਮ ਕਰ ਲੈ 20 ਰੁਪਈਏ ਅੱਛਾ ਕਹਿੰਦਾ ਜਾਂ ਮੈਨੂੰ ਨਾ ਡਾਈ ਲਿਆ ਕੇ ਦੇ ਉਹਦੇ ਵਾਲ ਚਿੱਟੇ ਸੀਗੇ ਸਾਰੇ ਨਾ ਕਹਿੰਦਾ ਜੇ ਡਾਈ ਲੈ ਕੇ ਉਹ ਜਿਹੜੀ ਵਾਲਾਂ 'ਤੇ ਲਾਉਣ ਵਾਲੀ ਹੁੰਦੀ ਆ ਅਤੇ ਮੈਂ ਕਿਹਾ ਠੀਕ ਆ ਲਿਆ ਦਿੰਦਾ ਮੈਂ ਚੱਲਾ ਗਿਆ ਉੱਥੇ ਮੇਰੇ ਦੋਸਤ ਦੀ ਦੁਕਾਨ ਸੀਗੀ ਮਨਿਆਰੀ ਦੀ ਨਾ ਉਹ ਐਤਵਾਰ ਦਾ ਦਿਨ ਸੀ ਸਾਰਾ ਸਮਾਨ ਸਮੂਨ ਬਾਹਰ ਕੱਢੀ ਬੈਠੇ ਸੀਗੇ ਸਫਾਈਆਂ ਕਰਦੇ ਪਏ ਸੀ ਦੁਕਾਨ ਦੀਆਂ ਅਤੇ ਉਹ ਦੇਖੋ ਅਤੇ ਸਮਾਨ ਦੀਆਂ ਸਫਾਈਆਂ ਸਫਾਈਆਂ ਕਰਦੇ ਪਏ ਸੀਗੇ ਨਾ ਮੈਂ ਕਿਹਾ ਡਾਈ ਦੇਈ ਉਹਨਾਂ ਦੇਤੀ ਮੈਨੂੰ ਡੱਬੀ ਮੈਂ ਕਿੰਨੇ ਦੀ ਆ ਕਹਿੰਦਾ ਆਹ ਇੰਨੇ ਦੀ ਆ ਪਤਾ ਨਹੀਂ ਕਿੰਨੇ ਦੀ ਸੀਗੀ ਚਲੋ ਅਤੇ ਮੈਂ ਉਹਨੂੰ ਪੈਸੇ ਦੇ ਤੇ ਉਹ ਮੈਂ ਦੇਖਿਆ ਉਹ ਜ਼ਮੀਨ 'ਤੇ ਵੀ ਡਾਈ ਦੀਆਂ ਡੱਬੀਆਂ ਮੈਂ ਕਿਹਾ ਜ਼ਮੀਨ 'ਤੇ ਵੀ ਪਈਆਂ ਕਹਿੰਦਾ ਯਾਰ ਇਹ ਐਕਸਪਾਇਰ ਆ ਕਹਿੰਦਾ ਤਾਂ ਸਿੱਟਣੀ ਅਸੀਂ ਦੁਕਾਨ ਦੀ ਸਫਾਈ ਕਰਦੇ ਪਏ ਹਾਂ ਮੈਂ ਕਿਹਾ ਕਿੰਨੇ ਦੀਆਂ ਕਹਿੰਦਾ ਸਿੱਟਣੀ ਆ ਕਹਿੰਦਾ
ਮੈਂ ਕਿਹਾ ਫਿਰ ਮੈਨੂੰ ਆਹੀ ਦੇ ਦੇ, ਕਹਿੰਦਾ ਇਹ ਕੀ ਕਰਨੀ ਆ ਤੂੰ, ਮੈਂ ਕਿਹਾ ਤੂੰ ਦੇ ਦੇ, ਅਤੇ ਮੈਂ ਕਿਹਾ ਮੇਰੇ ਪੈਸੇ ਵਾਪਸ ਦੇ, ਆਹ ਲੈ ਲਾ ਤੂੰ ਆਪਣੀ ਡਾਈ, ਮੈਂ ਕੀ ਸਫਾਈ ਸਫੂਈ ਕਰਾ ਕੇ ਉਹ ਡਾਈ ਉਹਦੇ ਡੈਡੀ ਨੂੰ ਦੇ ਤੀ ਅਤੇ ਅਸੀਂ ਚਲੇ ਗਏ। ਮੈਂ ਉਹਨੂੰ ਦੱਸਤਾ, ਮੈਂ ਕਿਹਾ ਵੀ ਤੇਰੇ ਡੈਡੀ ਦਾ ਮੈਂ ਠੋਕੂ ਲਾਇਆ ਵੀ ਆਹ ਅਜਾ 20 ਰੁਪਏ, ਉਸ ਟਾਈਮ 20 ਰੁਪਏ ਬੜੀ ਵਧੀਆ ਚੀਜ਼ ਵੱਡ ਹੁੰਦੇ ਸੀਗੇ ਨਾ। ਅੱਛਾ, ਅਸੀਂ ਪੂਰੀਆਂ ਪਾਰੀਆਂ ਖਾਧੀਆਂ ਬਾਜ਼ਾਰ ਜਾ ਕੇ, ਦੋਨਾਂ ਨੇ ਡਕਾਰ ਮਾਰੇ, ਲੱਸੀ ਪੀਤੀ, 20 ਰੁਪਏ ਖਰਚ ਕੇ ਆ ਗਏ। ਅਤੇ ਉਹਦੇ ਡੈਡੀ ਨੇ ਉਹ ਡਾਈ ਉੱਥੇ ਲਾ ਲਈ ਸਿਰ 'ਤੇ, ਉਹ ਐਕਸਪਾਇਰ ਸੀ, ਪਤਾ ਨਹੀਂ ਕੀ ਚੱਕਰ ਹੋਇਆ, ਉਹ ਸਾਲੇ ਬਾਲ ਕਾਲੇ ਤਾਂ ਕੀ ਹੋਣੇ ਸੀ, ਉਹ ਜਾਮਨੀ ਹੋ ਗਏ। ਉਹ ਮੇਰੇ ਘਰੇ ਆਇਆ ਫਟਾਫਟ, ਉਸ ਟਾਈਮ ਫੋਨ ਨਹੀਂ ਹੁੰਦੇ ਸੀ, ਮੋਬਾਈਲ ਨਹੀਂ ਹੁੰਦੇ ਸੀਗੇ, ਉਹ ਮੇਰੇ ਘਰੇ ਆਇਆ, ਕਹਿੰਦਾ ਮੇਰੇ ਘਰੇ ਨਾ ਆਈ, ਹੁਣ ਤੂੰ ਨਾ ਹਫ਼ਤਾ 10 ਦਿਨ ਹੋਏ, ਕਹਿੰਦਾ ਮੇਰਾ ਡੈਡੀ ਤੈਨੂੰ ਲੱਭਦਾ ਫਿਰਦਾ, ਕਹਿੰਦਾ ਮੈਂ ਕੀ ਹੋਇਆ, ਕਹਿੰਦਾ ਉਹਦੇ ਜਾ ਬਾਲ ਜਾਮਨੀ ਹੋ ਗਏ। ਇੱਕ ਵਿਚਾਰਾ ਉਹਦਾ ਡੈਡੀ ਬੈਂਕ 'ਚ ਕੰਮ ਕਰਦਾ ਸੀਗਾ, ਅੱਛਾ, ਉਹ ਵਿਚਾਰਾ 1.5 ਮਹੀਨਾ ਫਿਰ ਉਹ ਦੂਜਾ ਸਿਰ 'ਤੇ ਟੋਪੀ ਪਾ ਕੇ ਬੈਂਕ 'ਤੇ ਜਾਂਦਾ ਰਿਹਾ, ਮੈਂ 1.5 ਮਹੀਨਾ ਤਾਂ ਮੱਥੇ ਨਹੀਂ ਲੱਗਿਆ ਉਹਦੇ। ਬੜੀ ਉਹ ਸਾਡੇ ਉਹਦੇ ਬਾਲ ਜਾਮਨੀ ਹੋ ਗਏ। ਬੱਬੂ ਮਾਨ ਦੀ ਫੈਨ ਲੱਗਦਾ ਹੈ ਕੋਈ ਤਾਂ, ਮੌਸਮ ਚੈੱਕ ਕਰਕੇ ਐਡਾ ਵਧੀਆ ਹੋਇਆ ਤਾਂ ਸਾਡੀ ਜ਼ਿੰਦਗੀ ਇੱਦਾਂ ਹੀ ਰਹਿਣੀ ਆ। ਉਹ ਤਾਂ ਨਹੀਂ ਭਰਾਵਾ, ਫਿਲਟਰ ਦੀ ਸ਼ੁਰੂਆਤ ਆ, ਮੇਰੀ ਤਾਂ ਮੁੱਕ ਚੱਲੀ ਆ। ਤੇਰੀ ਮੁੱਕ ਚੱਲੀ ਆ, ਹੋਰ ਕੀ ਆ, ਮੈਂ ਜੋ ਕਮਰਾ ਹੀ ਨਹੀਂ ਪੈਣ ਪਿਆ, ਕੀ ਨਹੀਂ ਪੈਂਦਾ ਪਿਆ ਕਮਰਾ, ਤੇਰਾ ਕੀ ਰਹਿੰਦਾ ਘਰ 'ਚ ਬਣਨ ਵਾਲਾ ਹਾਲੇ, ਉਹਦੇ ਉੱਤੇ ਕਮਰਾ ਪਾਉਣਾ, ਪੱਥਰ ਲਵਾਉਣਾ, ਅੱਛਾ ਠੀਕ ਆ, ਉਸ ਤੋਂ ਬਾਅਦ ਇੱਕ ਕਮਰਾ ਹੋਰ ਪਾਉਣਾ ਉੱਤੇ, ਉਹਦੇ ਉੱਤੇ, ਹਾਂ ਅੱਛਾ, ਉੱਤੇ ਪੱਥਰ ਲੱਗਣਾ, ਅੱਛਾ ਹੋਰ ਪਲੰਬਰ ਦਾ ਕੰਮ ਹੋਣਾ, ਅੱਛਾ ਇਹਦੇ 'ਚ ਇੰਨੇ 'ਚ 5-7 ਲੱਖ ਰੁਪਈਆ ਲੱਗ ਜਾਂਦਾ। 5-7 ਲੱਖ ਦੀ ਗੱਲ ਹੈ ਮਾਮਾ, ਤੂੰ ਇੰਨੀ ਟੈਨਸ਼ਨ ਲਈ ਬੈਠਾ, 5-7 ਲੱਖ ਰੁਪਏ ਦੀ ਗੱਲ ਤਾਂ ਹੈਗੀ ਆ, ਅਗਾਂਹ ਵਿਆਹ ਵੀ ਕਰਾਉਣਾ, ਆਪਣੀ ਜੇਬ 'ਚ ਵੀ ਬੱਚਾ ਹੀ ਆ। ਵਿਆਹ ਕਿਹੜਾ, ਤੂੰ ਵਿਆਹ ਉਹਨਾਂ ਨੂੰ ਕਿਹਾ 2 ਕੱਪੜਿਆਂ 'ਚ ਪੂਰੀ ਤੌਰ 'ਤੇ ਠੀਕ ਹੈ, ਉਹ ਤਾਂ ਗੱਲ ਤੇਰੀ ਠੀਕ ਹੈ, ਚੱਲ ਭਾਵੇਂ ਉਹ ਵੀ ਇੱਕ ਗੱਲ ਤਾਂ ਉਹ ਹੈ ਵੀ ਕਹਿੰਦਾ ਮੇਰਾ ਮਤਲਬ ਹੈ ਜ਼ਿੰਮੇਵਾਰੀਆਂ ਤਾਂ ਪੈ ਜਾਂਦੀਆਂ ਨਾ ਬੰਦੇ 'ਤੇ, ਟੈਨਸ਼ਨਾਂ ਵੱਧ ਜਾਂਦੀ ਆ। ਹੁਣ ਤਾਂ ਆਪਾਂ ਤੁਰੇ ਫਿਰਦੇ ਇੱਥੇ ਬੈਠੇ ਆ, ਬਲੌਗ ਬਣਾਉਣੇ ਵੀ ਫਿਰ ਉੱਥੇ ਬਲੌਗ ਥੋੜ੍ਹਾ ਬਣਨਗੇ, ਹੋਰ ਕੀ ਮਾਮਾ, ਫਿਰ ਕੀ, ਫਿਰ ਤਾਂ ਆਪਦਾ ਮੋਰ ਬਣੂਗਾ, ਫਿਰ ਕੀ ਜਨਾਨੀ ਨੇ ਕਹਿਣਾ ਬਲੌਗ ਨਹੀਂ ਬਣਾਉਣੇ, ਫਿਰ ਬੰਦੇ ਦੀ ਜ਼ਿੰਦਗੀ ਥੋੜ੍ਹਾ ਰਹਿ ਜਾਂਦੀ। ਮੈਂ ਜੋ ਮੱਛਰ ਸਾਲੇ ਸਾਡਾ ਖੂਨ ਪੀਂਦੇ ਆ, ਟਾਲੀਅਨ ਮੱਛਰ, ਅੱਗੇ ਖਾਣੂ ਪੀ ਗਿਆ ਇੱਕ, ਤੁਸੀਂ ਪੀ ਜਾਂਦੇ ਹੋ। ਅੱਜ ਬਸ ਮੱਛਰ ਬਾਹਲੇ ਲੜਦੇ ਆ ਯਾਰ, ਇਹਨਾਂ ਨੂੰ ਪਤਾ ਨਹੀਂ ਸਾਲਿਆਂ ਨੂੰ ਕੌਣ ਦੱਸਦਾ ਬਈ, ਇਹ ਵੀ ਇਹਨਾਂ ਨੇ ਲੜਦੇ ਸਾਡੇ ਲੜਦੇ ਆ, ਦਿਲ ਮੈਂ ਪੜਿਆ ਜਿਹੜੇ ਮੱਛਰ ਲੜਦੇ ਨਾ, ਅੱਛਾ ਜਿਹੜੀ ਹੁੰਦੀ ਨਾ ਜਿਹੜੀ ਆ ਫੈਮੀਨਲ, ਇਹ ਇੰਗਲਿਸ਼ 'ਚ ਕੀ ਕਹਿੰਦੇ ਆ, ਫੀਮੇਲ ਫੀਮੇਲ ਮੱਛਰ ਹੁੰਦਾ, ਇਹ ਡੰਗ ਮਾਰਦਾ ਹਮੇਸ਼ਾ, ਮੇਲ ਨਹੀਂ ਮਾਰਦਾ, ਮੇਲ ਨਹੀਂ ਮਾਰਦਾ। ਇਹ ਤੂੰ ਕਿੱਥੇ ਪੜਿਆ? ਪੜਿਆ ਮੈਂ, ਦੇਖ ਲਈ ਕਿਤੇ, ਨਾ ਨਾ ਮੇਲ ਇਕੱਲਾ ਉਹੀ ਮਾਰਦਾ। ਅੱਛਾ ਫੀਮੇਲ ਡੰਗ ਮਾਰਦੀ, ਫੀਮੇਲ ਡੰਗ ਮਾਰਦੀ, ਮੇਲ 'ਚ ਜਾਨ ਕਿੱਥੇ ਬਚਦੀ ਹੈ ਡੰਗ ਮਾਰਦੀ, ਸਹੀ ਗੱਲ। ਪਰ ਇਹਨਾਂ ਦਾ ਕਿਹੜਾ ਫੈਨ ਹੈ, ਇਹਨਾਂ ਦੇ ਨਜ਼ਾਰੇ ਆ ਨਾ, ਇਹ ਨਹੀਂ ਕਹਿ ਸਕਦੇ ਸਾਡੇ ਮੁੱਲੇ ਕੀੜੇ ਮਾਰਦਾ ਪਿਆ ਜੇ ਉਹ, ਹੈ ਨਾ ਮੱਛਰਾਂ ਦੇ, ਹਾਂ ਜਿੱਥੇ ਦਿਲ ਕੀ, ਨਾ ਕੋਈ ਟੈਨਸ਼ਨ, ਨਾ ਭੈਣ 'ਚ ਕੋਈ ਛਾਪਾ, ਤਾਂ ਦੇਖ ਲੈ ਕੰਮ ਕੁੰਮ ਵੀ ਨਹੀਂ ਕਰਦੇ, ਹੁਣ ਕੰਮ ਵੀ ਨਹੀਂ ਕਰਦੇ, ਕੋਈ ਟੈਨਸ਼ਨ ਵੀ ਨਹੀਂ ਭੈਣ 'ਚ, ਤਾਂ ਵਾਰ ਵਾਰ ਕਦੋਂ ਗੇੜੇ ਦੇਈ ਜਾਂਦੀ, ਇਹਨੂੰ ਮੇਰਾ ਪਿਆਰ ਤਾਂ ਨਹੀਂ ਹੋ ਗਿਆ, ਇਹਨੂੰ ਤੇਰੇ ਨੂੰ ਲੱਗਦਾ ਪਿਆਰ ਹੋ ਗਿਆ ਮਾਮੀ, ਪਤਾ ਨਹੀਂ ਸਾਨੂੰ ਦੇਖ ਕੇ ਮੂੰਹ ਅੰਦਰ ਕਦੋਂ ਕਰ ਲੈਂਦੀਆਂ, ਸ਼ਕਲ ਤਾਂ ਠੀਕ ਹੈ, ਕੀ ਕਰਦੀਆਂ ਉੱਧਰ ਮੂੰਹ ਕਰ ਲੈਂਦੀਆਂ ਸਾਨੂੰ ਦੇਖ ਕੇ, ਹੋਰ ਬਸ ਤਾਂ ਜ਼ਿੰਦਗੀ ਖਤਮ ਹੋਣ ਵਾਲੀ ਹੈ, 2-4 ਮਹੀਨੇ ਰਹਿ ਗਏ ਆ ਬਸ, ਮੈਂ ਤਾਂ ਚੱਲ ਜਾਣਾ ਪਾਕਿਸਤਾਨ, ਮੈਂ ਵੀ ਜਾਣਾ ਇੰਡੀਆ, ਜਾ ਕੇ ਮੈਂ ਉੱਥੇ ਪਾਸਪੋਰਟ ਪਾੜ ਦੇਣਾ ਆਪਣਾ, ਮੈਂ ਕਹਿਣਾ ਮੈਂ ਨਹੀਂ ਪਾਸਪੋਰਟ ਪਾੜਦਾ। ਆਹ ਚੈੱਕ ਕਰੋ ਨਜ਼ਾਰਾ ਜਿੱਥੇ ਅਸੀਂ ਬੈਠੇ ਹਾਂ, ਆਹ ਮੇਰਾ ਉਸਤਾਦ ਹੈ, ਦਿਸ ਇਜ਼ ਅਵਰ ਉਸਤਾਦ, ਕਿੱਡਾ ਮੋਟਾ ਮੱਛਰ ਲੜ ਗਿਆ ਕਿੱਥੇ, ਕੀ ਹੋਇਆ, ਗੇੜਾ ਕਿੱਥੇ ਦੇ ਕੇ ਆਉਣਾ ਇੱਥੇ, ਚੱਲ ਚੱਲੀਏ, ਆਹ ਟੰਗ ਅੱਗੇ, ਆਹ ਲਿਆ ਕੀ ਆ ਤੂੰ, ਬੋਲੋ ਦੇਖਣ ਦੇ ਮੈਨੂੰ ਕੀ ਖਾਣਾ ਹੁੰਦਾ ਜੀ, ਆਹ ਕੀ ਆ ਮਾਮਾ, ਬੋਲੋ ਇਹ ਖਾਣ ਲਈ ਨਹੀਂ ਹੁੰਦੇ, ਹਾਂ
जोड़ के लाने होंगे है फड़ फड़ ला की है ओ कर दी वीडियो केड़ी चल हुण अगे हो जा मामा एडी सोहनी गड्डी तेनू रास नहीं आई अगे तू मेरी पड़वा दी मैं पड़वाई है तू मेरी पड़वा के परां करती हर चीज मामा तेनू क्या है तू देख के नहीं चलांदा ना गड्डी ए की करी जाना उधर का तो कैमरा कीता है देख के मामा मैं अखां बंद करके चलाना गड्डी नहीं स्टार गोपी मैनू कहंदा जे तू हुंदा कदे नहीं बचदी अच्छा क्या सही है ओदा मैनू पता है ਪੇਡੂ ਇੰਡੀਆ ਚ ਨਾਨੀ ਦੇ ਪੈਰ ਤੇ ਗੱਡੀ ਚੜਾ ਦੀ ਪੰਜ ਲੱਖ ਰੁਪਈਆ ਦੇ ਕੇ ਚੁੱਟਿਆ ਲੱਖ ਰੁਪਈਆ ਆਹੋ ਪੈਰ ਤੇ ਗੱਡੀ ਚੜਾਉਣ ਦਾ ਆਹੋ ਪਲਸਤਰ ਲੱਗਿਆ ਮਾਮਾ ਜਨਾਨੀ ਦੇ ਜੇ ਕਿਤੇ ਹੋਰ ਚੜਾ ਦਿੰਦਾ ਫੇਰ ਵੜ ਗਿਆ ਸੀ ਦਾਈ ਦੇ ਓਏ ਦੇਖੀ ਪਿੱਛੇ ਗੱਡੀ ਆ ਭਰਾਵਾ ਇਹ ਸਾਡੇ ਤਾਂ ਨਾ ਚੜਾ ਦੇ ਸਲਾਹ ਐਵੇਂ ਚਲ ਜਾ ਨਾ ਦੇ ਚਲ ਜਾ ਗੁੱਸਾ ਨਾ ਚੜਾ ਗੁੱਸਾ ਨਾ ਚੜਾ ਸਾਲਿਆ ਥੱਲੇ ਦੇ ਦਾਂਗੇ ਮਾਮਾ ਮੂਮਾ ਨਾ ਹੋਵੇ ਮਾਮਾ ਹੋਵੇ ਭਾਵੇਂ ਮਾਮੀ ਹੋਵੇ ਥੱਲੇ ਦੇ ਦਾਂਗੇ ਅਸੀਂ ਸਾਡੀ ਗੱਡੀ ਬਹੁਤ ਖਤਰਨਾਕ ਮੈਂ ਤੇ ਸ਼ੰਮੀ ਸਵਿਟਜ਼ਰਲੈਂਡ ਚੱਲੇ ਹਾਂ ਅੱਛਾ ਚੱਲਣਾ ਤਾਂ ਕਿਤੇ ਬਹਾਨਾ ਮਾਰਦਾ ਸਵਿਟਜ਼ਰਲੈਂਡ ਹਾਂ ਕੀ ਕਰਨ ਤਿੰਨ ਚਾਰ ਦਿਨ ਲਈ ਹੈ ਤਿੰਨ ਚਾਰ ਦਿਨ ਲਈ ਰੁਕਣਾ ਇਹਦੇ ਰਿਸ਼ਤੇਦਾਰ ਆ ਨਾ ਸਵਿਟਜ਼ਰਲੈਂਡ ਅਤੇ ਇਹਦੇ ਰਿਸ਼ਤੇਦਾਰ ਇੰਗਲੈਂਡ 'ਚ ਵੀ ਹੈ ਇੰਗਲੈਂਡ ਵਾਲੇ ਨੇ ਸਵਿਟਜ਼ਰਲੈਂਡ ਆਉਣਾ ਕਹਿੰਦਾ ਚੱਲ ਮੇਰੇ ਨਾਲ ਮੈਂ ਤਾਂ ਚੱਲ ਜਦੋਂ ਪਏਗਾ ਉਹ ਰਿਸ਼ਤੇ ਲੈ ਲਈ ਸਵਿਟਜ਼ਰਲੈਂਡ ਮਾਮਾ ਛੁੱਟੀ ਸਾਨੂੰ ਦੇਣੀ ਨਹੀਂ ਉਹਨਾਂ ਨੇ ਲੈ ਕੇ ਬਣੀ ਦੇਣੀ ਜ਼ਮੀਨ ਸੇ ਉਹਨੇ ਦੇ ਕੇ ਚੱਲਦੇ ਆ ਮੈਂ ਇੱਕ ਭੱਜ ਜਾਣਾ ਉਹਨਾਂ ਕੰਮ ਛੱਡੇ ਮੈਂ ਪੈਸਿਆਂ ਪੁਰਾਣਾ ਨਹੀਂ ਦੇਖਦਾ ਹੁੰਦਾ ਨਹੀਂ ਇਹਨਾਂ ਇਕੱਠਿਆਂ ਨੇ ਸਾਨੂੰ ਜ਼ਮੀਨ ਸੇ ਉਹਨੇ ਦੇਣੀ ਨਹੀਂ ਤੂੰ ਬਿਮਾਰ ਹੋ ਜਾਈ ਨਾ ਮੈਂ ਬਿਮਾਰ ਹੋ ਜਾਣਾ ਤੂੰ ਛੁੱਟੀਆਂ ਲੈ ਲਾ ਹਾਂ ਮਾਮਾ ਤੇ ਮੈਂ ਬਿਮਾਰ ਹੋ ਗਿਆ ਉਹਨਾਂ ਨੂੰ ਤੇਰੀ ਛੁੱਟੀਆਂ ਦੇਣੀਆਂ ਨਾ ਮੇਰੀ ਛੁੱਟੀ ਲੈ ਉਸੇ ਦਿਨ ਹੀ ਹੋਊਗਾ ਦੁੱਧੋ ਕੁਛ ਹੋਊਗਾ ਅੱਛਾ ਇੱਕ ਦਿਨ 'ਚ ਇੱਕ ਦਿਨ 'ਚ ਗੇਮ ਪਾ ਜਾਈਏ ਹਾਂ ਸੈਡ 'ਤੇ ਕਰ ਲਾ ਗੱਡੀ ਆ ਪਿੱਛੇ ਉਹ ਨਾ ਗੇਮ ਪਾ ਜੇ ਸਾਨੂੰ ਗੱਡੀਆਂ ਲੱਗ ਗਈਆਂ ਰੋਕ ਲਾ ਓਏ ਭਰਾਵਾ ਮੈਨੂੰ ਤਾਂ ਡਰ ਹੀ ਲੱਗੀ ਜਾਂਦਾ ਰੋਡ 'ਤੇ ਦੇਖ ਗੱਡੀਆਂ ਕਿੱਦਾਂ ਭਜਾਉਂਦੇ ਆ ਆਉਂਦੇ ਆ ਹਲੋ ਸਾਲਿਆਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਇਹਨਾਂ ਨੂੰ ਸਾਡੇ ਤਾਂ ਸਿੱਖਣਾ ਚਾਹੀਦਾ ਇਹਨਾਂ ਨੂੰ ਕਿੱਦਾਂ ਗੱਡੀ ਚਲਾਉਣੀ ਚਾਹੀਦੀ ਆ ਓਏ ਸੱਤੀ ਨਾ ਬਸ ਬਾਕੀ ਸਾਰੀ ਖਾਣ ਇਹ ਨਾ ਹੋਵੇ ਬਲੌਗ ਦੇ ਚੱਕਰ 'ਚ ਅਸੀਂ ਸਾਡੇ ਪੈਂ ਹਾਰ ਚੜ ਜਾਣ ਫੋਟੋਆਂ 'ਤੇ ਸਾਡੇ ਦਾ ਚੰਗਾ ਹੁੰਦਾ ਹਾਰ ਚੜਿਆ ਤੁਹਾਡੇ ਮਾੜਾ ਹੁੰਦਾ ਹਾਰ ਚੜਿਆ ਤੁਹਾਡੇ ਹਾਰ ਚੜੇ ਦਾ ਮਤਲਬ ਕੀ ਹੁੰਦਾ ਫੋਟੋ 'ਤੇ ਸਾਡੇ ਫੋਟੋ 'ਤੇ ਚੜਾਉਂਦੇ ਨਹੀਂ ਹਾਰ ਸਾਡੇ ਫੋਟੋ 'ਤੇ ਉਦੋਂ ਚੜਾਉਂਦੇ ਜਦੋਂ ਮਰ ਗਿਆ ਬੰਦਾ ਹੈ ਜਦੋਂ ਬੰਦਾ ਮਰ ਜਾਂਦਾ ਤੁਹਾਡੇ ਦਾ ਮਰ ਜਾਂਦਾ ਤਾਂ ਚੜਾਉਂਦੇ ਆ ਨਾ ਸਾਡੇ ਤਾਂ ਜੂੰਦੇ 'ਤੇ ਚੜਾਉਂਦੇ ਆ ਜਦੋਂ ਵਿਆਹ ਹੁੰਦਾ ਸਾਡੇ ਤਾਂ ਚੜੇ ਚੰਗੇ ਹੁੰਦੇ ਆ ਹਾਰ ਤੁਹਾਡੇ ਫੋਟੋ 'ਤੇ ਚੜੇ ਮਾੜੇ ਹੁੰਦੇ ਆ ਨਾ ਮਾਮਾ ਜੂੰਦੇ 'ਤੇ ਚੜੇ ਤਾਂ ਚੰਗੇ ਹੀ ਹੁੰਦੇ ਆ ਸਾਡੇ ਫੋਟੋ 'ਤੇ ਚੜਾਉਂਦੇ ਨਹੀਂ ਹਾਰ ਬਸ ਹਰ ਕਿੰਨਾ ਕੀ ਆ ਇਸ ਮੋਬਾਈਲ 'ਚ ਸ਼ੂਟਿੰਗ ਸਹੀ ਨਹੀਂ ਹੁੰਦੀ ਕਿਹੜਾ ਆਈਫੋਨ ਜੇ ਆ ਇਨਫਰ ਦੁਨੀਆਂ ਦੇ ਪੈਸੇ ਆ ਗਏ ਫਿਰ ਕੀ ਕਰਨਾ ਆਉਣਗੇ ਤਾਂ ਹੀ ਆ ਜੇ ਆ ਗਏ ਫਿਰ ਤੇਰੇ ਕਮਰਾ ਪਾ ਦੇਣਾ ਰੋਕ ਲਾ ਕੀ ਕਰਨਾ ਫਿਰ ਚੈੱਕ ਕਰੋ ਨਜ਼ਾਰਾ ਚੈੱਕ ਕਰੋ ਸੇਬ ਲੱਗੇ ਹੋਏ ਆ ਉਸਤਾਦ ਨਹੀਂ ਉਹ ਦੂਜੇ ਆ ਜਪਾਨੀ ਫਲ ਹੈ ਹੁਣ ਰੋਕ ਲਾ ਕਿੱਥੇ ਜਾਈ ਜਾਂਦਾ ਮੈਨੂੰ ਤਾਂ ਬਿਠਾ ਲਾ ਜਗ੍ਹਾ ਦੇਖ ਕਿੰਨੀ ਛੱਡੀ ਹੋਈ ਆ ਪੈਰ ਕਿੰਨੇ ਨੰਬਰ ਦੇ ਆ ਤੇਰੇ ਕਹਿੰਦੀ ਅੱਛਾ ਮੈਂ ਨਵਾਂ ਨਵਾਂ ਆਇਆ ਹਾਂ ਮੈਨੂੰ ਕਹਿੰਦੀ ਕੰਪਨੀ ਵੱਲੋਂ ਮਿਲਦੇ ਆ ਨਾ ਬੂਟ ਬਾਟ ਹੈ ਨਾ ਅੱਛਾ ਅਤੇ ਮੈਨੂੰ ਬੂਟ ਦੇਣੇ ਸੀ ਇਹਨਾਂ ਨੇ ਹਾਂ ਮੈਨੂੰ ਕਹਿੰਦੀ ਤੇਰੇ ਬੂਟਾਂ ਦਾ ਨੰਬਰ ਕੀ ਆ ਹਾਂ ਮੈਂ ਕਿਹਾ 46 ਅੱਛਾ ਕਹਿੰਦੀ ਹੈਂ ਕਹਿੰਦੀ ਤੇਰਾ ਪੈਰ ਐਡਾ ਤੇਰਾ ਬਾਕੀ ਨਹੀਂ ਮੇਰਾ ਵੀ ਮਾਮਾ 46 ਹੋਈ ਆ ਨੰਬਰ
ਭਾਈ ਮੈਨੂੰ ਤਾਂ ਦਿੱਤੇ ਨਹੀਂ ਬੂਟ ਬਾਟ ਇਹਨਾਂ ਨੇ, ਮੈਨੂੰ ਦਿੱਤੇ ਸੀਗੇ ਪੁੱਗ ਮਾਰ ਕੇ, ਹੈਂ ਉਹ ਦਿੱਤੇ ਸੀ ਪੱਗ ਘੁਮਾ ਕੇ, ਪਤਾ ਨਹੀਂ ਆਪ ਹੀ ਚੱਕ ਲਏ ਘਰੇ ਦੇ ਕੇ ਨਾਮ ਕਰ ਲਿਆ ਇਹਨਾਂ ਦਾ ਪਤਾ ਵੀ ਨਹੀਂ। ਸਾਡੀ ਰਾਈਡ ਚੈੱਕ ਕਰੋ ਤੁਸੀਂ, ਆਹ ਅਸੀਂ ਜਾ ਰਹੇ ਹਾਂ ਅਤੇ ਆਹ ਸਾਡੀ ਗੱਡੀ ਹੈ, ਦਿਸ ਇਜ਼ ਆਵਰ ਗੱਡੀ ਅਤੇ ਟੂ ਬੰਦੇ ਔਨ ਗੱਡੀ। ਉਹ ਯਾਰ ਜੇ ਸਕੂਲ ਕਿਹੜਾ ਵਾ ਜਿਹੜਾ ਜਵਾਕਾਂ ਦਾ, ਉਹ ਯਾਰ ਦੋਸਤਾਂ ਦਾ ਇੰਡੀਆ ਤੋਂ ਫੈਮਿਲੀ ਆਈ ਆ, ਉਹਦੇ ਮੁੰਡੇ ਦੀ ਐਡਮਿਸ਼ਨ ਕਰਾਉਣੀ ਹੈ 16 ਸਾਲਾਂ ਦਾ, ਕਹਿੰਦਾ ਤੇਰੇ ਰੈਸਟੋਰੈਂਟ ਕੋਲ ਆ। ਕਿੰਨੇ ਸਾਲਾਂ ਦਾ? 16 ਸਾਲਾਂ ਦਾ। ਕਿਆ ਉਹ ਅੱਗੇ ਹੈ ਨਾ, ਕਿੱਥੇ ਦਿਖਾਈ ਮੈਨੂੰ। ਉਹ ਰੈਸਟੋਰੈਂਟ 'ਤੇ ਅਗਲੀ ਸਾਈਡ 'ਤੇ ਜਾ ਕੇ ਸੁਪੀਰੀਅਰ ਹੀ ਹੈ ਜਿੱਥੋਂ ਯਾਰ ਸਾਡੇ ਆ, ਜਿੱਥੇ ਸਕੂਲ ਖੁੱਲ੍ਹੇ ਹੁੰਦੇ ਆ ਕਿੰਨਾ ਰਸ਼ ਹੁੰਦਾ ਦੁਕਾਨ 'ਤੇ। ਆਹੋ ਆਹੋ ਆਹੋ, ਉਹ ਉੱਧਰੋਂ ਹੀ ਆਉਂਦੇ ਆ। ਪਰ ਉਹ 16 ਸਾਲਾਂ ਦਾ ਥੋੜ੍ਹਾ ਵਾ ਉਹ, ਅਤੇ ਮਾਮਾ 16 ਸਾਲ ਦੇ ਸੁਪੀਰੀਅਰ ਹੀ 'ਚ ਜਾਊਗਾ ਉਹ ਕਿ ਮੈਦੀਆ 'ਚ ਜਾਊਗਾ? ਮੈਦੀਆ 'ਚ ਜਾਂਦਾ? ਔਰ ਨਹੀਂ, ਮੈਦੀਆ 'ਚ ਜਾਂਦਾ, ਸੁਪੀਰੀਅਰ ਹੀ ਜਾਣਾ ਉਹਨੇ 16 ਸਾਲ ਦਾ। ਪਰ ਉਹਨੂੰ ਪੜ੍ਹਨਾ ਲਿਖਣਾ ਤਾਂ ਆਉਂਦਾ ਨਹੀਂ, ਉਹ ਕਿੱਦਾਂ ਜਾਊਗਾ ਸੁਪੀਰੀਅਰ 'ਚ? ਉਹਨੂੰ ਤਾਂ ਮੈਦੀਆ 'ਚ ਹੀ ਜਾਣਾ ਪੈਣਾ ਹੈ ਨਾ। ਹਾਂ, ਉਹਨੂੰ ਤਾਂ ਮੈਦੀਆ ਜਿਹੜਾ ਬਹਰਲ ਉੱਧਰ ਹੀ ਹੋਣਾ ਮੈਦੀਆ ਵੀ ਸੁਪੀਰੀਅਰ ਹੀ ਸੀ। ਇੱਧਰ ਕਿੱਧਰ ਤਾਰਨ ਲੱਗਿਆ, ਇੱਧਰੋਂ ਲੈ ਜਾਂਦੇ ਹਾਂ ਆਪਾਂ। ਉਸਤਾਦ ਜੇ ਮੇਰੀ ਲੱਗ ਜਾਵੇ ਨਾ ਲੈਟਰੀ 5-10 ਲੱਖ ਦੀ ਯੂਰੋ ਦੀ, ਮੈਂ ਕਾਨੂੰਨ ਦੇ ਸਾਰੇ ਸ਼ੀਸ਼ੇ ਤੋੜ ਕੇ ਉਹਨੂੰ ਪੈਸੇ ਦੇ ਦੇਵਾਂ। ਮੇਰੀ 5-10 ਲੱਖ ਦੀ ਲੱਗ ਜੇ ਐਪ, ਮੇਰੇ ਰੁਪਈਆਂ ਦੀ ਲੱਗ ਜੇ, ਮੈਂ ਤਾਂ ਵੀ ਕਾਨੂੰਨ ਦੇ ਭੱਜ ਜਾ। ਤੂੰ ਤਾਂ ਭੱਜ ਜਾਣਾ, ਮੈਂ ਤਾਂ 2 ਸ਼ੀਸ਼ੇ ਵੀ ਤੋੜੂੰਗਾ। ਮੈਂ ਕਹਿਣਾ ਕਾਨੂੰਨ ਟੈਨਸ਼ਨ ਨਾ ਲੈ ਲਾ, ਪੈਸੇ ਆਹ ਫੜ, ਆਹ ਚੱਕ ਪੈਸੇ, ਆ ਜਾ ਦੇਖ, ਅਸੀਂ ਆਏ ਹਾਂ ਤਾਂ ਇਸ਼ਾਰਾ ਤਾਂ ਖੁੱਲ੍ਹਣਾ ਬਣਦਾ ਨਾ। ਇੱਥੇ ਕਾਨੂੰਨ ਦੀ, ਕਾਨੂੰਨ ਦੇ ਇਸ਼ਾਰੇ ਖੋਲ੍ਹਦੇ ਅਸੀਂ ਸਾਰੇ, ਕਾਨੂੰਨ ਦੀ ਗੱਡੀ ਦੇ ਇਸ਼ਾਰੇ ਕੋ ਕੀ ਕਰਾਉਣ ਤੇ 2,500-3,000। ਉਹਨੂੰ ਕਿਹਾ 2,500-3,000 ਦੇ ਇੱਦਾਂ ਦੇ 2 ਫਰਗੋਨੇ ਲੈ ਦੀਆ ਤੈਨੂੰ, ਸਿਗੂਰਸੇ ਉਹਨੇ ਆਪ ਕਰਾ ਲਈ। ਮੈਂ ਇਹ ਸਕੂਲ ਆਇਆ ਸੀਗਾ, ਮੈਂ ਕਿਹਾ ਮੈਨੂੰ ਦੱਸੋ ਮੇਰੀਆਂ ਕਿੰਨੀਆਂ ਪੌਂਤੀਆਂ ਕੱਟੀਆਂ ਗਈਆਂ। ਕੀ ਕਹਿੰਦੇ? ਕਹਿੰਦੇ ਹਾਲੇ ਤੱਕ ਤਾਂ ਕੁਛ ਨਹੀਂ। ਅੱਛਾ, ਚੈੱਕ ਕੀਤਾ ਉਹਨਾਂ ਨੇ? ਆਹੋ, ਹਾਲੇ ਕਹਿੰਦੇ 21-21 ਪੁਆਇੰਟ ਹੈਗੇ ਆ ਹਾਲੇ, ਅਤੇ ਕਹਿੰਦੇ ਜੇ ਮੂਲ ਤਾਂ ਆਊਗਾ ਤਾਂ ਫਿਰ ਕੱਟੀਆਂ ਜਾਣਗੀਆਂ, ਇੱਦਾਂ ਨਹੀਂ ਕੱਟਦੇ। ਜੇ ਮੂਲ ਤਾਂ ਸਤਾਦ, ਮੈਂ ਤਾਂ ਕਹਿੰਦਾ ਨਾ ਹੀ ਆਵੇ। ਕੀ ਪਤਾ ਭੁੱਲ ਗਏ ਹੁਣ, ਉਹਨੇ ਪੁਲਿਸ ਵਾਲੇ ਲੰਡੂ ਜਿਹੇ ਲੱਗਦੇ ਸੀਗੇ ਉਹ। ਹੈਂ, ਮੈਨੂੰ ਕਹਿੰਦਾ ਮੈਨੂੰ ਸਾਲਾ ਇਹ ਵੱਡਾ ਨਾ ਕਿਤੇ ਤੇਰੇ ਪਤਾ ਮੇਰੇ ਨਾ ਕਰਤੀ ਹੁਣ ਗਲਤੀ। ਮੈਨੂੰ ਕਹਿੰਦਾ ਪੁਲਿਸ ਵਾਲਾ, ਕਹਿੰਦਾ ਕੀ ਹੋਇਆ? ਮੈਂ ਕਿਹਾ ਸਿਰ ਚੱਕਰਾਈ। ਕਹਿੰਦਾ ਕਹਿੰਦਾ ਚਿਕਰੇ ਦੋ, ਕਹਿੰਦਾ ਮੈਨੂੰ ਯਕੀਨ ਆ ਤੇਰੇ 'ਤੇ। ਮੈਂ ਕਿਹਾ ਸਿਰ ਚੱਕਰਾਈ ਜਾਂਦਾ, ਕਹਿੰਦਾ ਚਿਕਰੇ ਦੋ, ਸਾਲਾ ਮੇਰਾ। ਲੈ ਕੇ ਖੇਡੀਏ ਨਾ ਜਵਾਕਾਂ ਨੂੰ, ਖੋ ਕੇ ਭੱਜੀ। ਉਹ ਇੱਕਾਂ ਨੂੰ ਦੇ ਰੈਸਟੋਰੈਂਟ ਦੇ ਬਾਹਰ ਜਾ ਖੇਡਦੇ ਹਾਂ ਫੁੱਟਬਾਲ। ਹੈਂ ਮੰਮਾ, ਉੱਥੇ ਖੇਡਦੇ ਹਾਂ ਫੁੱਟਬਾਲ, ਨਾਲੇ ਉਹਦੇ ਇੱਕ ਅੱਧਾ ਸ਼ੀਸ਼ਾ ਤੋੜ ਕੇ ਭੱਜਦੇ ਹਾਂ। ਕੀ ਕਹਿੰਦਾ? ਇੱਕ ਅੱਧਾ ਸ਼ੀਸ਼ਾ ਤੋੜਦੇ ਹਾਂ ਦਾ। ਬਾਏ ਬਾਏ ਕਰੋ ਉਸਤਾਦ ਜੀ, ਬਾਏ ਬਾਏ, ਐਂਡ ਕਰੋ ਵਲੌਗ ਦਾ। ਅਗਰ ਸਬਸਕ੍ਰਾਈਬ ਨਹੀਂ ਕਹਿਣਾ ਮੇਰੇ ਚੈਨਲ ਨੂੰ, ਕਰੋ ਸਬਸਕ੍ਰਾਈਬ ਕਰੋ। ਅੱਛਾ, ਕਹਿਣਾ ਨਹੀਂ ਆਉਂਦਾ ਪਰ ਕਰਿਓ। ਚੱਲ ਸਹੀ ਹੈ, ਓਕੇ, ਐਂਡ ਆਫ ਦੀ ਵਲੌਗ ਐਂਡ ਸਬਸਕ੍ਰਾਈਬ ਮਾਈ ਚੈਨਲ, ਬਾਏ ਬਾਏ।